ਅਸਲਾਮੁਆਲੇਕਮ ਦੋਸਤੋ ਮੈਂ ਤੁਹਾਡਾ ਭਾਈ ਮੁਹੰਮਦ ਆਸਫ ਖੀਚੀ ਤੁਸੀਂ ਦੇਖ ਰਹੇ ਹੋ ਆਸਫ ਵਲੌਗ YouTube ਚੈਨਲ ਅੱਜ ਮਹਾਰਜ ਦੀ 5 ਤਰੀਕ ਹੈ 25 ਰਮਜ਼ਾਨ ਹੈ ਔਰ ਸਾਡੇ ਪੰਜਾਬ ਪਾਕਿਸਤਾਨ ਵਿੱਚ ਗਰਮੀ ਵੀ ਦੂੜ ਕੱਢੀ ਖੜੀ ਠੀਕ ਹੈ ਨਾ ਤੇ ਰੋਜ਼ੇ ਵੀ ਨਾਲ-ਨਾਲ ਚੱਲ ਰਹੇ ਨੇ ਲੇਕਿਨ ਇੰਨੀ ਗਰਮੀ ਦੇ ਵਿੱਚ ਕਿਸਾਨ ਨੂੰ ਜ਼ਿੰਮੇਦਾਰ ਨੂੰ ਕੰਮ ਵੀ ਕਰਨਾ ਪੈਂਦਾ ਤੇ ਮੱਕੀ ਪਿਛਲੀ ਵਾਰੀ ਸਾਡੇ ਕੋਲ ਪਿਛਲੇ ਹਫਤੇ ਆ ਗਈ ਸੀ ਬਾਰਿਸ਼ ਚੰਗੀ ਤੇ ਪਾਣੀ ਨਹੀਂ ਲਾਉਣਾ ਪਿਆ ਤੇ ਹੁਣ ਮੱਕੀ ਕਰ ਰਹੀ ਏ ਸੜੂ ਸੜੂ ਤੇ ਮੱਕੀ ਨੂੰ ਜਨਾਬ ਹੁਣ ਪਾਣੀ ਲਗਾਇਆ ਹੋਇਆ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਆਦੀ ਮੱਕੀ ਵਿਖਾਣਾ ਤੇ ਆਦੇ ਤਜਰਬੇ ਦੇ ਮੁਤਾਬਕ ਮੈਂ ਕੋਈ ਫਾਇਦਾ ਹਾਸਲ ਕਰ ਰਹੀ ਆ ਨਾ ਤੋਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹਣਾ ਤੇ ਆ ਕਪੜਾ ਜਨਾਬ ਉੱਤੇ ਬੇਹਤ ਕੀਤਾ ਹੋਇਆ ਤੇ ਕੁਝ ਗਰਮੀ ਤੋਂ ਜਿਹੜਾ ਨਾ ਆਸ ਰਹਿ ਗਿਆ ਵੀ ਸਕੂਨ ਹੈ ਨਹੀਂ ਤਾਂ ਇੱਕ ਮੈਂ ਇਹਨੂੰ ਟਿੰਡ ਕਰਾਈ ਹੋਈ ਸਾਨੂੰ ਤਾਂ ਗਰਮੀ ਹੁ ਤੂੰ ਜ਼ਿਆਦਾ ਲੱਗਦੀ ਵੀ ਬੜੀ ਪਈ ਏ ਹੁਣ ਮੱਕੀ ਤੁਹਾਨੂੰ ਵੀ ਖਾਣਾ ਮੱਕੀ ਆਪਣੀ ਕਿਸ ਪੋਜੀਸ਼ਨ ਵਿੱਚ ਖੜੀ ਹੈ ਤੇ ਇਹਨੂੰ ਆਪਾਂ ਖਾਦ ਕਿੰਨੀ ਲਾ ਚੁੱਕੇ ਆ ਤੁਹਾਡਾ ਵੀ ਇਨਸ਼ਾਅੱਲਾ ਦਿਲ ਖੁਸ਼ ਹੋ ਜਾਸੀ ਤੇ ਮੈਂ ਤਜਰਬਾ ਦਾ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਦੋਸਤੋ ਮਾਸ਼ਾਅੱਲਾ ਮਾਸ਼ਾਅੱਲਾ ਇਹ ਦੇਖ ਸਕਦੇ ਹੋ ਆਪਣੀ ਮੱਕੀ ਤੇ ਇਹ ਮੱਕੀ ਤਕਰੀਬਨ 9-10 ਏਕੜ ਦਾ 플ਾਟ ਹੈ ਜੀ ਆਪਣਾ ਤੇ ਇਹ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਮੱਕੀ ਸਰ ਸਬਜ਼ ਖੜੀ ਹੈ ਕਿਸੇ ਵੀ ਬਿਮਾਰੀ ਤੋਂ ਜਿਹੜਾ ਨਾ ਕਿਸੇ ਕਿਸੇ ਵੀ ਬਿਮਾਰੀ ਦਾ ਇਹ ਅਟੈਕ ਨਹੀਂ ਹੈਗਾ ਹਰ ਬਿਮਾਰੀ ਤੋਂ ਬਚੀ ਹੋਈ ਔਰ 4 ਤੋਂ 5 ਫੁੱਟ ਆਪਣਾ ਜਿਹੜਾ ਨਾ ਮੱਕੀ ਦਾ 4 4.5 ਫੁੱਟ ਮੱਕੀ ਦਾ ਕੱਦ ਹੋ ਚੁੱਕਿਆ ਹੈ ਬੀਏ ਜਨਾਬ 14 29 ਤੇ ਖਾਦ ਦਾ ਪਲਾਨ ਐਵੇਂ ਆਇਆ ਬਿਆਪਾ ਖਾਦ ਪਲਾਨ ਨਹੀਂ ਬੀਏ ਨੂੰ ਕਿੰਨੀ ਲਾ ਚੁੱਕਿਆ ਤੇ ਖਾਦ ਨੂੰ ਹੁਣ ਤੱਕ ਆਪਾਂ ਲਾ ਚੁੱਕਿਆ ਸਿਰਫ ਅਢਾਈ ਬੋਰੀਆਂ ਯੂਰੀਆ ਠੀਕ ਹੈ ਨਾ ਇਨਕੇ 2.5 ਅਢਾਈ ਬੋਰੀਆਂ ਯੂਰੀਆ ਲਾ ਚੁਕੇ ਆਂ ਪਰ ਏਕੜ ਨੂੰ 1 ਐਨਪੀ ਸਰਸਬਜ ਠੀਕ ਆ ਨਾ ਏਕੜ ਨੂੰ ਤੇ ਅੱਧੀ ਬੋਰੀ ਡੀਏਪੀ ਇਹਨੂੰ ਲਗਾ ਚੁਕੇ ਆਂ ਤੇ ਕਾਫੀ ਜਗ੍ਹਾ ਤੇ ਖੁਰਾਕ ਬੜੀ ਘੱਟ ਲੋਕ ਪਾਉਂਦੇ ਨੇ ਤੇ ਕਈ ਜਗ੍ਹਾ ਤੇ ਇਸ ਨਾਲੋਂ ਵੀ ਘਣੀ ਪਾਉਂਦੇ ਨੇ ਲੇਕਿਨ ਅੱਛੀ ਐਵਰੇਜ ਲਵਣ ਆਸਤੇ ਇੰਨੀ ਤਾਂ ਖੁਰਾਕ ਹੋਣੀ ਚਾਹੀਦੀ ਹੈ ਇਨਸ਼ਾਅੱਲਾ 500 ਪਲੱਸ ਇੰਦੀ ਐਵਰੇਜ ਇਸ ਦਫਾ ਵੀ ਲੈਣੀ ਹੈ ਪਿਛਲੀ ਦਫਾ ਤਰ੍ਹਾਂ ਤੇ ਮਾਸ਼ਾਅੱਲਾ ਬਿਲਕੁਲ ਕੋਈ ਫਾਲ ਆਰਮੀ ਵਰਮ ਦਾ ਅਟੈਕ ਨਹੀਂ ਕੋਈ ਸੁੰਡੀ ਨਹੀਂ ਕੋਈ ਬੋਰਰਸ ਨਹੀਂ ਤੇ ਮੈਂ ਲੰਗ ਸਾਈਡ ਤੇ ਫਿਰਦਾ ਦੇਖੋ ਕਿਸੇ ਪੱਤੇ ਤੇ ਕੋਈ ਨਿਸ਼ਾਨ ਹੋਵੇ ਤਾਂ ਕੋਈ ਨਹੀਂ ਤੇ ਮੇਰਾ ਇੱਕ ਇਤਮਾਦ ਹੈ ਮੈਂ ਪੂਰਾ ਇਤਮਾਦ ਹਾਂ ਔਰ ਮੇਰਾ ਜਿਹੜਾ ਇਤਮਾਦ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਤੇ ਉਹ ਸਪਰੇਅ ਹੈ ਬਾਇਰ ਕੰਪਨੀ ਦਾ ਰੀਜਨ ਜਿੱਥੇ ਰੀਜੈਂਟ ਦਾ ਨਾਮ ਆ ਜਾਂਦਾ ਹੈ ਨਾ ਬਾਹਰ ਕੰਪਨੀ ਦਾ ਰੀਜੈਂਟ ਸਪਰੇ ਉਹਥੇ ਜਨਾਬ ਦਿਲ ਮੇਰਾ ਬਾਗੋ ਬਾਗ ਹੋ ਜਾਂਦਾ ਹੈ ਮੈਨੂੰ ਯਕੀਨ ਹੋ ਜਾਂਦਾ ਹੈ ਵੀ ਇੱਥੇ ਪਿਛਾਂ ਕੋਈ ਸੁੰਡੀ ਜਾਂ ਕੀੜਾ ਆਇਆ ਹੈ ਜੀ ਕੋਈ ਸ਼ੱਕ ਨਹੀਂ ਕੋਈ ਨਹੀਂ ਕਿਉਂਕਿ ਰੀਜੈਂਟੀ ਸਪਰੇ ਐਸਾ ਹੈ ਜਿੰਦੇ ਵਿੱਚ ਫੈਪਰੋਨਲ ਸਪਰੇ ਹੈਗਾ ਫੈਪਰੋਨਲ ਜ਼ਹਿਰ ਹੈ ਜਿਹੜਾ ਕਿਸੇ ਵੀ ਪੌਦੇ ਤੇ ਫਸਲ ਤੇ ਹੁੰਦਾ ਹੈ ਤੇ ਉਹਨੂੰ ਉਹਦੇ ਤੇ ਹਰੀਆਲੀ ਆ ਜਾਂਦੀ ਹੈ ਹਰੀਆਲੀ ਵੀ ਆ ਜਾਂਦੀ ਔਰ ਇਹ ਪੱਤੇ ਦੇ ਰਾਈਂ ਜਜ਼ਬ ਹੋ ਕੇ ਤੇ ਤਣੇ ਦਾ ਕੀੜਾ ਪੱਤੇ ਦਾ ਕੀੜਾ ਔਰ ਜੜ ਦਾ ਕੀੜਾ ਠੀਕ ਹੈ ਨਾ ਇਹ ਜਨਾਬ ਖਤਮ ਕਰ ਦਿੰਦਾ ਹੈ ਠੀਕ ਹੈ ਨਾ ਤੇ ਜੜ ਦਾ ਕੀੜਾ ਹੋ ਗਿਆ ਤਣੇ ਦਾ ਕੀੜਾ ਹੋ ਗਿਆ ਬੁਰਜ਼ ਠੀਕ ਹੈ ਨਾ ਇਹ ਸਾਰਾ ਜਨਾਬ ਖਤਮ ਹੋ ਜਾਂਦਾ ਹੈ ਤੇ ਇਹਨੂੰ ਆਪਾਂ ਸਿਰਫ ਇੱਕ ਫਿਓਰਾਡਾਂ ਦਵਾਈ ਲਗਵਾਈ ਹੈ ਉਸ ਤੋਂ ਬਾਅਦ ਇੱਕ ਸਪਰੇਅ ਦੀ ਜੈਂਟਾ ਕੀਤਾ ਹੈ ਤੇ ਮਾਸ਼ਾਅੱਲਾ ਤੁਸੀਂ ਵੀ ਇਹਦਾ ਰਿਜ਼ਲਟ ਵੇਖ ਸਕਦੇ ਹੋ ਤੇ ਰੀਜੈਂਟ ਸਪਰੇਅ ਮੈਂ ਤੁਹਾਨੂੰ ਦੋਸਤਾਂ ਨੂੰ ਕੈਸਾਂ ਵੀ ਜ਼ਰੂਰ ਆਪਣੀ ਫਸਲ ਤੇ ਕਰਕੇ ਵੇਖੋ ਇਨਸ਼ਾਅੱਲਾ ਤੁਹਾਨੂੰ ਵੀ ਫਾਇਦਾ ਹੋਵੇਗਾ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਤੇ ਦਵਾਈ ਲਾਉਣ ਦੀ ਜ਼ਰੂਰਤ ਹੀ ਕੋਣੀ ਨਿਗਾ ਕਰਤੇ ਏਡੀ ਏਡੀ ਮਕਈ ਨੂੰ ਤਕਰੀਬਨ 5 ਟੈਂਕਿਆਂ ਤੇ ਛੋਟੀ ਮਕਈ ਨੂੰ 4 ਟੈਂਕਿਆਂ ਜ਼ਰੂਰ ਲਗਾਵਿਆ ਹੈ ਤੇ ਪੈਕੇਟ ਵਿੱਚ ਇਹ ਸਪਰੇਅ ਹੁੰਦਾ ਨੇ ਪਾਊਡਰ ਹੁੰਦਾ ਨੇ ਦਾਣੇਦਾਰ ਜਿਹਾ ਛੋਟੀ ਮਕਈ ਹੋਵੇ ਤਾਂ ਕਿੱਲੇ ਨੂੰ 1.5 ਕਿੱਲੇ ਨੂੰ ਪੈਕੇਟ ਹੋ ਜਾਂਦਾ ਹੈ ਤੇ ਵੱਡੀ ਮਕਈ ਇਸ ਤਰੀਕੇ ਹੋਵੇ ਤਾਂ ਫਿਰ ਕਿੱਲੇ ਨੂੰ ਇੱਕ ਪੈਕੇਟ ਤੇ 5 ਟੈਂਕੀਆਂ ਛੋਟੀ ਮਕਈ ਨੂੰ 4 ਟੈਂਕੀਆਂ ਤੇ ਇਨਸ਼ਾਅੱਲਾ ਤੁਹਾਡਾ ਦਿਲ ਰਾਜੀ ਹੋ ਜਾਵੇਗਾ ਔਰ ਮੇਰੇ ਤਰ੍ਹਾਂ ਤੁਸੀਂ ਵੀ ਪੂਰਾ ਇਤਮਾਦ ਹੋ ਜਾਸੋ ਕਿ ਵਾਈਟ ਕਿਆ ਹੀ ਰੀਜੈਂਟ ਬਹੁਤ ਹੀ ਪਿਆਰੀ ਜ਼ਹਿਰ ਹੈ ਠੀਕ ਹੈ ਤੇ ਇਹ ਮੇਰਾ ਤਜਰਬਾ ਸੀ ਮੈਂ ਆਖ ਵੀ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਤੇ ਦੱਸਣਾ ਕਿ ਮੇਰੀ ਫਸਲ ਤੁਹਾਨੂੰ ਕਿੰਨੀ ਕੈਸੀ ਲੱਗੀ ਯਾ ਰੀਜੈਂਟ ਸਪਰੇਅ ਤੁਸੀਂ ਵੀ ਇਸਤੇਮਾਲ ਕਰਦੇ ਹੋ ਕਿ ਕੋਣੀ ਮਿਲਦਾ ਜਨਾਬ ਅਗਲੀ ਵੀਡੀਓ ਨਾਲ ਇਸ ਵੀਡੀਓ ਨਾਲ ਇਜਾਜ਼ਤ ਦਿਓ ਰੱਬ ਰਾਖਾ